ਅੱਜ ਜੋ ਮੈਂ ਗੱਲਾਂ ਕਹਿਣ ਲੱਗਾ ਕੌੜੀਆਂ ਪਰ ਸੱਚੀਆਂ ਨੇ ਕਿ ਗੁਰੂ ਨਾਨਕ ਪਾਤਸ਼ਾਹ ਦਾ ਜੋ 550 ਸਾਲਾ ਗੁਰਪੁਰਬ ਮਨਾਇਆ ਜਾ ਰਿਹਾ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਪੰਜਾਬ ਸਰਕਾਰ ਤੇ ਬਾਦਲ ਕਿਸ ਮੂੰਹ ਨਾਲ ਮਨਾ ਰਹੇ ਆ ਕਿ ਪਿਛਲੇ ਲੰਮੇ ਸਮੇਂ ਤੋਂ ਗੁਰੂ ਦੀ ਬਾਣੀ ਨੂੰ ਇਨਸਾਫ ਮਿਲਿਆ 550 ਸਾਲਾ ਮਨਾਉਣ ਨਾਲੋਂ ਤੁਹਾਨੂੰ ਤੇ 5 ਸਾਲਾ ਬੇਅਦਬੀ ਦਿਵਸ ਮਨਾਉਣਾ ਚਾਹੀਦਾ ਸੀਗਾ। ਇਹ ਲੋਕ ਬਾਬੇ ਦੇ ਨਾਮ ਦੇ ਉੱਪਰ ਸਿਰਫ ਆਪਣੀ ਰਾਜਨੀਤੀ ਚਮਕਾ ਰਹੇ ਆ ਔਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਮੂਕ ਦਰਸ਼ਕ ਬਣ ਕੇ ਸਾਰਾ ਕੁਝ ਵੇਖ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ 'ਚ ਪਹਿਲੇ ਜਥੇਦਾਰ ਗੁਰਬਚਨ ਸਿੰਘ ਦਾ ਹੱਥ ਸੀਗਾ ਜਿਸ ਨੇ ਬਾਦਲਾਂ ਦੇ ਕਹਿਣ ਦੇ ਉੱਤੇ ਚੁੱਪ ਚਪੀਤੇ ਸਿਰਸੇ ਵਾਲੇ ਸਾਧ ਨੂੰ ਮਾਫੀ ਦੇ ਦਿੱਤੀ। ਫਿਰ ਇਹ ਸਾਰਾ ਕੁਝ ਬੇਅਦਬੀ ਵਾਲਾ ਜਿਹੜਾ ਵਾਪਰਨਾ ਸ਼ੁਰੂ ਹੋ ਗਿਆ ਤੇ ਹੋਣ ਵਾਲਾ ਜਥੇਦਾਰ ਹਰਪ੍ਰੀਤ ਸਿੰਘ ਵੀ ਬਾਦਲਾਂ ਦਾ ਹੱਥ ਠੋਕਾ ਜਿਹੜਾ ਉਹ ਬਣ ਕੇ ਰਹਿ ਗਿਆ ਜਿਹਦੇ ਕਰਕੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਇਨਸਾਫ਼ ਨਹੀਂ ਮਿਲ ਸਕਿਆ ਕਿ ਅੱਜ ਸਾਰੇ ਜਥੇਦਾਰ ਬਣ ਗਏ ਪੈਸੇ ਤਾਕਤ ਦੇ ਚੋਰ। ਅੱਜ ਕਿੱਥੋਂ ਲਿਆਵਾਂ ਲੱਭ ਕੇ ਅਕਾਲੀ ਫੂਲਾ ਸਿੰਘ ਇੱਕ ਹੋਰ। ਅੱਜ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ 'ਚ ਹਿੰਮਤ ਹੈ ਤੇ ਦਿਖਾਵੇ ਆਪਣੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੋਣ ਦੀ ਹੋਂਦ ਜਿਹੜੀ ਇਹਨਾਂ ਸਭ ਨੇ ਰਲ ਕੇ ਖਤਮ ਕਰ ਦਿੱਤੀ ਹੈ, ਕਰੇ ਹੁਕਮ ਜਾਰੀ ਬਾਦਲਾਂ ਨੂੰ ਤੇ ਸਰਕਾਰ ਨੂੰ ਕਿ ਬਾਦਲ ਉਹਨਾਂ ਚਿਰ ਧਾਰਮਿਕ ਸਮਾਗਮ ਦੇ ਵਿੱਚ ਨਹੀਂ ਜਾ ਸਕਦੇ ਜਿੰਨੀ ਦੇਰ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਰਾਮ ਰਹੀਮ ਨੂੰ ਮਾਫੀ ਤੇ ਗੋਲੀ ਕਾਂਡ ਦੇ ਦੋਸ਼ਾਂ 'ਚੋਂ ਦੋਸ਼ ਮੁਕਤ ਨਹੀਂ ਹੋ ਜਾਂਦੇ ਤੇ ਪੰਜਾਬ ਸਰਕਾਰ ਵੀ ਉਨੀ ਦੇਰ ਕੋਈ ਧਾਰਮਿਕ ਸਮਾਗਮ ਨਹੀਂ ਮਨਾ ਸਕਦੀ ਕਿ ਜਿਸ ਬੇਅਦਬੀ ਦੇ ਮਾਮਲੇ ਦੇ ਵਿੱਚ ਇਨਸਾਫ਼ ਦਿਵਾਉਣ ਦੇ ਨਾਮ ਦੇ ਉੱਤੇ ਤੇ ਜਿਸ ਮੁੱਦੇ ਦੇ ਉੱਤੇ ਗੁਟਕਾ ਸਾਹਿਬ ਫੜ ਕੇ ਸਰਕਾਰ ਹੋਣ ਚਾਹੀ ਸੀ, ਜਿੰਨਾ ਚਿਰ ਉਹ ਆਪਣੀ ਸਹੁੰ ਪੂਰੀ ਨਹੀਂ ਕਰਦੀ ਤੇ ਦੋਸ਼ੀਆਂ ਨੂੰ ਨਹੀਂ ਫੜਦੀ ਉਨਾ ਚਿਰ ਇਹ ਵੀ ਕੋਈ ਸਮਾਗਮ ਨਹੀਂ ਮਨਾ ਸਕਦੇ। ਸਿੰਘ ਸਾਹਿਬ ਮੈਂ ਇੱਕ ਵੀਡੀਓ ਸੁਣਦਾ ਸੀਗਾ ਰਾਤ ਨੂੰ ਤੁਹਾਡੀ, ਮਸਾਲਾ ਤਾਂ ਤੁਸੀਂ ਦਿੰਦੇ ਸੀਗੇ ਉਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੀਆਂ ਤੇ ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਦੀਆਂ ਕਿ ਉਸ ਵੇਲੇ ਹੈਦਰਾਬਾਦ ਦੇ ਇੱਕ ਨਿਜ਼ਾਮ ਜਿਸ ਨੇ ਅੰਗਰੇਜ਼ਾਂ ਦੇ ਵਿਰੁੱਧ ਬਗਾਵਤ ਕਰ ਦਿੱਤੀ ਸੀ ਤੇ ਅੰਗਰੇਜ਼ਾਂ ਨੇ ਉਸ ਨੂੰ ਉਹਦੀ ਰਿਆਸਤ ਛੱਡਣ ਲਈ ਮਜਬੂਰ ਕਰ ਦਿੱਤਾ ਸੀਗਾ ਤੇ ਇਹ ਹੁਕਮ ਜਾਰੀ ਕਰ ਦਿੱਤਾ ਸੀਗਾ ਹਿੰਦੁਸਤਾਨੀ ਰਿਆਸਤ ਦਾ ਕੋਈ ਵੀ ਰਾਜਾ ਇਸ ਨਿਜ਼ਾਮ ਨੂੰ ਪਨਾਹ ਨਹੀਂ ਦੇਵੇਗਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਉਹਨੂੰ ਪਨਾਹ ਦੇਣ ਤੋਂ ਮਨਾ ਕਰ ਦਿੱਤਾ ਸੀਗਾ ਕਿ ਮੇਰੇ ਅੰਗਰੇਜ਼ਾਂ ਨਾਲ ਸੰਬੰਧ ਠੀਕ ਨੇ, ਉਹ ਵਿਗੜ ਜਾਣਗੇ, ਮੈਂ ਤੈਨੂੰ ਪਨਾਹ ਨਹੀਂ ਦੇਣੀ। ਤੇ ਫਿਰ ਉਹ ਨਿਜ਼ਾਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਗਿਆ, ਉੱਥੇ ਉਹਨੇ ਫਰਿਆਦ ਕੀਤੀ ਤੇ ਅਕਾਲ ਤਖ਼ਤ ਸਾਹਿਬ ਤੋਂ ਇਹ ਹੁਕਮਨਾਮਾ ਜਾਰੀ ਹੋਇਆ ਕਿ ਖਾਲਸਾ ਰਾਜ ਇਸ ਨਿਜ਼ਾਮ ਨੂੰ ਪਨਾਹ ਦੇਵੇਗਾ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਅੰਗਰੇਜ਼ਾਂ ਦੇ ਵਿਰੁੱਧ ਜਾ ਕੇ ਉਸ ਨਿਜ਼ਾਮ ਨੂੰ ਪਨਾਹ ਦੇਣੀ ਪਈ ਸੀ। ਇਹ ਸੀ ਉਸ ਵੇਲੇ ਦੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਜਿਹੜੀ ਤੁਸੀਂ ਵੀ ਦੱਸਦੇ ਸੀ ਇਸ ਵੀਡੀਓ 'ਚ, ਤੁਸੀਂ ਦੱਸ ਰਹੇ ਸੀਗੇ ਕਿ ਸਾਡਾ ਸਿਧਾਂਤ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਕੀ ਤੁਸੀਂ ਇਸ ਸਿਧਾਂਤ ਦੇ ਉੱਤੇ ਪਹਿਰਾ ਦਿੰਦੇ ਹੋ? ਤੁਹਾਡੇ ਕੋਲੋਂ ਸ਼ਰਨ ਤੇ ਦੂਰ, ਤੁਸੀਂ ਤਾਂ ਬਾਦਲਾਂ ਦੀ ਸਿਫਾਰਿਸ਼ ਤੋਂ ਬਿਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਿਸੇ ਦੀ ਸ਼ਿਕਾਇਤ ਲੈਣ ਦਾ ਵੀ ਕਿਸੇ ਨੂੰ ਸਮਾਂ ਨਹੀਂ ਦਿੰਦੇ ਤੇ ਨਾ ਹੀ ਬਾਦਲਾਂ ਦੀ ਸਹਿਮਤੀ ਤੋਂ ਬਿਨਾਂ ਤੁਸੀਂ ਕਿਸੇ ਦੇ ਵਿਰੁੱਧ ਕੋਈ ਫੈਸਲਾ ਲੈ ਸਕਦੇ ਹੋ, ਕਿਸੇ ਨੂੰ ਸਜ਼ਾ ਸੁਣਾ ਸਕਦੇ ਹੋ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤੁਹਾਡੇ ਕੋਲੋਂ ਤਾਂ ਬਾਦਲਾਂ ਨੂੰ ਖੁਸ਼ ਕਰਨ ਲਈ ਤੇ ਉਹਨਾਂ ਦੇ ਡਰ ਤੋਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਸਟੇਜ ਲਾਉਣ ਤੱਕ ਦਾ ਵੀ ਫੈਸਲਾ ਨਹੀਂ ਸੁਣਾਇਆ ਗਿਆ, ਕਿਉਂਕਿ ਤੁਹਾਨੂੰ ਲੱਗਾ ਕਿ ਤੁਹਾਡੇ ਆਕਾਵਾਂ ਬਾਦਲਾਂ ਦੀ ਜਿਹੜੇ ਤੁਹਾਡੇ ਆਕਾ ਵਾ ਉਹਨਾਂ ਦੀ ਹੋਂਦ ਜਿਹੜੀ ਖਤਰੇ ਹੀ ਨਾ ਪੈ ਜਾਵੇ, ਜਦਕਿ ਸਰਕਾਰ ਇੱਕ ਸਟੇਜ ਲਾ ਕੇ ਸਾਰਾ ਪ੍ਰਬੰਧ ਤੇਰੇ ਹੱਥਾਂ 'ਚ ਦੇਣ ਲਈ ਤਿਆਰ ਸੀਗੀ ਕਿ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਇਸ ਸਟੇਜ ਨੂੰ ਚਲਾਊਗਾ ਜਿਵੇਂ ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਨੇ ਕੀਤਾ ਸੀਗਾ। ਬਾਦਲਾਂ ਨੂੰ ਚਮਕਾਉਣ ਦੇ ਚੱਕਰ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹੋਂਦ ਨੂੰ ਧੁੰਦਲਾ ਨਾ ਕਰ। ਤੇਰੇ ਲਈ ਜੇ ਮੈਂ ਇਹ ਕਹਿ ਲਵਾਂ ਤੇ ਕੋਈ ਗਲਤ ਨਹੀਂ ਹੈ ਕਿ ਕਭੀ ਇਸ ਪਾਰ ਬਿਕਤੇ ਹੈ ਕਭੀ ਉਸ ਪਾਰ ਬਿਕਤੇ ਹੈ, ਹਮਾਰੀ ਕੌਮ ਕੇ ਰਹਿਬਰ ਸਰੇ ਬਾਜ਼ਾਰ ਬਿਕਤੇ ਹੈ,
तबाही क्यों नहीं आएगी हमारी कौम पर, जरा से फायदे के लिए कौम के जथेदार बिकते हैं। अपने भाषण विच तुसी गल्लां करदे सीगे कि श्री अकाल तख्त साहब दे जथेदार अकाली फूला सिंह दियां, जिसने महाराजा रणजीत सिंह दी इक गलती ते उहनूं कोड़े मरवाए सीगे कि तेरे बादल जिहड़े आ उह महाराजा रणजीत सिंह तों वी उपर हो गए आ, जिन्हां ने बाबे नूं माफी दवाउण लई ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਘਰ ਸੱਦ ਲਏ। ਤੁਸੀਂ ਤੇ ਜ਼ੋਮੈਟੋ ਵਾਲੀ ਸਰਵਿਸ ਦਿੱਤੀ ਉਸ ਬਾਬੇ ਨੂੰ ਕਿ ਮਾਫੀ ਦੀ ਵੀ ਹੋਮ ਡਿਲੀਵਰੀ ਕਰ ਦਿੱਤੀ ਉਹਦੇ ਘਰ ਚ ਜਾ ਕੇ। ਸੋ ਜਾਂ ਤੇ ਲੋਕਾਂ ਨੂੰ ਇਹੋ ਜਿਹੇ ਲੈਕਚਰ ਨਾ ਦਿਆ ਕਰੋ, ਇਹਨਾਂ ਭਾਸ਼ਣਾਂ ਤੋਂ ਗਰੇਜ ਕਰੋ, ਇਹ ਸਾਰਾ ਕੁਝ ਤੇ ਗੂਗਲ ਤੇ ਵੀ ਮਿਲ ਜਾਂਦਾ। ਤੇ ਜੇ ਬੋਲਣਾ ਤੇ ਫਿਰ ਮਿਸਾਲ ਬਣੋ, ਆਪਣੀ ਗੈਰਤ ਨੂੰ ਜਗਾਓ, ਕਿਉਂਕਿ ਜਿਹੜੀ ਗਊ ਸ਼ੇਰ ਦੇ ਮੂੰਹ ਆ ਗਈ ਉਹਦਾ ਮਾਸ ਵੀ ਨਹੀਂ ਤੇ ਉਹਦੀ ਖੱਲ ਵੀ ਨਹੀਂ, ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹਦੇ ਪੱਤੇ ਵੀ ਨਹੀਂ ਤੇ ਉਹਦੇ ਫਲ ਵੀ ਨਹੀਂ, ਜਿਸ ਮਕਾਨ ਦੀ ਨੀਂਹ ਜਵਾਬ ਦੇ ਜੇ ਉਹ ਬਿੰਦ ਵੀ ਨਹੀਂ ਤੇ ਉਹ ਪਲ ਵੀ ਨਹੀਂ, ਜਿਸ ਕੌਮ ਦੇ ਜਥੇਦਾਰ ਦੇ ਖੂਨ ਚੋਂ ਗਈ ਗੈਰਤ ਉਹ ਕੌਮ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ। ਇਹਦੇ ਨਾਲ ਨਾਲ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇੱਕ ਅਪੀਲ ਕਰਨ ਲੱਗਾ ਕਿ ਕੈਪਟਨ ਸਾਹਿਬ, ਪੰਜਾਬ ਦੇ ਬਹੁਤ ਸਾਰੇ ਲੀਡਰਾਂ ਦੇ ਵਿੱਚੋਂ ਕਿਤੇ ਨਾ ਕਿਤੇ ਤੁਸੀਂ ਮੈਨੂੰ ਚੰਗੇ ਲੱਗਦੇ ਸੀ, ਪਰ ਤੁਹਾਡੀ ਖਾਧੀ ਸਹੁੰ ਤੇ ਸਰਕਾਰ ਬਣਾਉਣ ਤੋਂ ਪਹਿਲਾਂ ਬੇਅਦਬੀ ਦੇ ਇਨਸਾਫ ਦਿਵਾਉਣ ਦੇ ਬੋਲ ਉਹ ਸਾਨੂੰ ਪੰਜਾਬੀਆਂ ਨੂੰ ਕਿਤੇ ਨਾ ਕਿਤੇ ਰੜਕਦੇ ਰਹਿੰਦੇ ਆ, ਉਹਨਾਂ ਨੂੰ ਪੂਰਾ ਕਰੋ। ਇਹ ਗੱਲ ਮੰਨ ਕੇ ਚੱਲੋ ਕੈਪਟਨ ਸਾਹਿਬ, ਲੋਕਾਂ ਨੂੰ ਸਾਰ ਪ੍ਰਕਾਸ਼ ਸਿੰਘ ਬਾਦਲ ਦੇ ਪਿਤਾ ਦਾ ਨਾਂ ਨਹੀਂ ਪਤਾ ਤੇ ਅਗਲੀਆਂ ਦੋ ਪੀੜ੍ਹੀਆਂ ਬਾਅਦ ਲੋਕਾਂ ਨੂੰ ਸੁਖਬੀਰ ਬਾਦਲ ਨੂੰ ਵੀ ਭੁੱਲ ਜਾਣਾ, ਉਹਦਾ ਵੀ ਨਹੀਂ ਪਤਾ ਲੱਗਣਾ ਕਿ ਸੁਖਬੀਰ ਬਾਦਲ ਕੌਣ ਸੀਗਾ। ਇਹ ਇਕੱਲਾ ਬਾਦਲਾਂ ਦਾ ਨਹੀਂ, ਮੇਰੀਆਂ ਦੋ ਪੀੜ੍ਹੀਆਂ ਦੇ ਬਾਅਦ ਵੀ ਦੁਨੀਆਂ ਨੂੰ ਇਹ ਨਹੀਂ ਪਤਾ ਰਹਿਣਾ ਕਿ ਮੰਨਾ ਕੌਣ ਸੀਗਾ, ਪਰ ਤੁਹਾਡੀਆਂ ਕਈ ਪੀੜ੍ਹੀਆਂ ਤੋਂ ਤੁਹਾਡਾ ਇਤਿਹਾਸ ਜਿਹੜਾ ਲਿਖਿਆ ਆ ਰਿਹਾ ਔਰ ਅੱਗੋਂ ਵੀ ਕਈ ਪੀੜ੍ਹੀਆਂ ਤੱਕ ਤੁਹਾਡਾ ਇਤਿਹਾਸ ਲਿਖਿਆ ਜਾਣਾ। ਸੋ ਅਸੀਂ ਨਹੀਂ ਚਾਹੁੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਇਹ ਲਿਖਿਆ ਜਾਵੇ ਕਿ ਮਹਾਰਾਜਾ ਯਾਦਵਿੰਦਰ ਸਿੰਘ ਦਾ ਬੇਟਾ ਜਾਂ ਸਰਦਾਰ ਰਾਣਿੰਦਰ ਸਿੰਘ ਦਾ ਪਿਤਾ ਆਪਣੇ ਵਚਨ ਕਹਿ ਕੇ ਜਾਂ ਆਪਣੀ ਸਹੁੰ ਖਾ ਕੇ ਉਹਨੂੰ ਪੂਰੀ ਨਹੀਂ ਕਰ ਸਕੇ। ਸੋ ਇਸ ਗੱਲ ਦੇ ਉੱਤੇ ਪਹਿਰਾ ਦਿਓ ਕਿ ਰਘੂਕੁਲ ਰੀਤ ਸਦਾ ਚੱਲੀ ਆਈ, ਪ੍ਰਾਣ ਜਾਈ ਪਰ ਵਚਨ ਨਾ ਜਾਈ। ਫੌਜੀ ਆਦਮੀ ਹੋ ਤੁਸੀਂ, ਮਹਾਰਾਜਾ ਪਟਿਆਲਾ ਦੇ ਖਾਨਦਾਨ ਚੋਂ ਹੋ ਤੁਸੀਂ, ਸੋ ਡਰੋ ਨਾ ਬਾਦਲਾਂ ਤੋਂ। ਜੇ ਕਿਤੇ ਤੁਹਾਨੂੰ ਇਹ ਮਹਿਸੂਸ ਹੁੰਦਾ ਕਿ ਇਹ ਦੁਬਾਰਾ ਆ ਗਏ ਤੇ ਤੁਹਾਨੂੰ ਕਿਤੇ ਤੰਗ ਪਰੇਸ਼ਾਨ ਕਰਨਗੇ, ਤਾਂ ਇੱਕ ਵਾਰੀ ਬੇਅਦਬੀ ਤੇ ਗੋਲੀ ਕਾਂਡ ਦੇ ਉੱਤੇ ਬਿਨਾਂ ਭੇਦਭਾਵ ਤੇ ਨਿਰਪੱਖ ਹੋ ਕੇ ਜਾਂਚ ਕਰਵਾ ਲਓ। ਇਹ ਆਫਤਾਂ ਕੀ ਇਹਨਾਂ ਦੀਆਂ ਅਗਲੀਆਂ ਕਈ ਪੀੜ੍ਹੀਆਂ ਵੀ ਪੰਜਾਬ 'ਚ ਰਾਜ ਦਾ ਸੁਪਨਾ ਨਹੀਂ ਲੈਣਗੀਆਂ। ਤੇ ਇੱਕ ਗੱਲ ਇਹ ਵੀ ਯਾਦ ਰੱਖਿਓ ਕਿ ਜੇ ਦੁਬਾਰਾ ਆ ਗਏ ਇਹਨਾਂ ਪੰਜਾਬ ਦਾ ਬੇੜਾ ਗਰਕ ਕੀਤਾ ਤੇ ਕੈਪਟਨ ਸਾਹਿਬ ਇਸ ਵਿੱਚ ਕਿਤੇ ਨਾ ਕਿਤੇ ਜ਼ਿੰਮੇਵਾਰ ਤੁਸੀਂ ਵੀ ਹੋਵੋਗੇ। ਨਹੀਂ ਤੇ ਮੁਜ਼ੱਫਰ ਰਜ਼ਮੀ ਨੇ ਠੀਕ ਹੀ ਲਿਖਿਆ ਹੈ ਕਿ ਯੇ ਜਬਰ ਵੀ ਦੇਖਾ ਹੈ ਤਾਰੀਖ ਕੀ ਨਜ਼ਰੋਂ ਨੇ, ਲਮਹੋਂ ਨੇ ਖਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ।